ਤੇ ਉਧਰ ਕੈਨੇਡਾ ਵਿੱਚ ਚੀਨ ਦੀ ਮਸ਼ਹੂਰ ਟੈਲੀਕਾਮ ਕੰਪਨੀ ਹਵਾਏ ਦੇ ਸੀਐਫਓ ਮੇਂਗ ਨੂੰ ਗ੍ਰਿਫਤਾਰ ਕੀਤੇ ਜਾਣ ਤੇ ਚੀਨ ਨੇ ਆਪਣਾ ਗੁੱਸਾ ਦਿਖਾਉਣਾ ਸ਼ੁਰੂ ਕਰ ਦਿੱਤਾ। ਚੀਨ ਨੇ ਕੈਨੇਡਾ ਦੇ ਉਤਪਾਦਾਂ ਦੇ ਬਾਈਕਾਟ ਕਰ ਦਿੱਤਾ ਜਾਪਦਾ। ਦਰਅਸਲ ਕੈਨੇਡਾ ਦੀ ਕੜਾਕੇ ਦੀ ਠੰਡ ਰੋਕਣ ਦੇ ਸਮਰੱਥ ਫਰ ਵਾਲੀਆਂ ਜੈਕਟ ਬਣਾਉਣ ਵਾਲੀ ਕੰਪਨੀ ਕੈਨੇਡਾ ਗੂਸ ਦੇ ਸ਼ੇਅਰ ਡਿੱਗ ਗਏ ਨੇ। ਪਿਛਲੇ 5 ਦਿਨਾਂ ਦੌਰਾਨ ਕੰਪਨੀ ਦੇ ਉਤਪਾਦਾਂ ਨੂੰ ਚੀਨੀ ਮੂਲ ਦੇ ਗਾਹਕਾਂ ਨੇ ਨਾ ਪਸੰਦ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਕੰਪਨੀ ਦੀ ਕੀਮਤ ਵਿੱਚ 20% ਦੀ ਕਮੀ ਆ ਗਈ ਹੈ। ਬਲੂਮਬਰਗ ਦੇ ਸਮੀਖਿਅਕ ਤੇ ਮੈਕਸਿਮ ਬੁਚਰ ਨੇ ਕਿਹਾ ਕਿ ਜੇਕਰ ਇਸ ਘਾਟੇ ਨੂੰ ਬਾਈਕਾਟ ਦਾ ਨਾਂ ਦਿੱਤਾ ਜਾਵੇ ਤਾਂ ਇਹ ਕਾਲੀ ਵਿੱਚ ਦਿੱਤਾ ਬਿਆਨ ਹੋ ਸਕਦਾ ਹੈ। ਉਹਨਾਂ ਕਿਹਾ ਕਿ ਕੰਪਨੀ ਹਾਲੇ ਚੀਨ ਅਤੇ ਏਸ਼ੀਆ ਵਿੱਚ ਨਵੀਂ ਹੈ। ਕੈਨੇਡਾ ਗੂਸ ਦੇ ਕੌਮਾਂਤਰੀ ਵਿਕਰੀ ਅੰਕੜਿਆਂ ਵਿੱਚ ਚੀਨ ਦੀ ਹਿੱਸੇਦਾਰੀ ਤਕਰੀਬਨ 10% ਹੈ ਤੇ ਇਹ ਨੌਜਵਾਨਾਂ ਦੀ ਪਸੰਦ ਹੈ। ਉਹਨਾਂ ਕਿਹਾ ਕਿ ਨੌਜਵਾਨਾਂ ਦੀ ਫੈਸ਼ਨ ਪਸੰਦ ਸਮੇਂ ਸਮੇਂ ਤੇ ਬਦਲਦੀ ਰਹਿੰਦੀ ਹੈ।